ਗੱਲ ਕੁਝ ਉਹਨਾਂ ਸਮਿਆਂ ਦੀ ਹੈ। ਇਸ ਸਮੇਂ ਨੂੰ ਅਸੀਂ ਵੰਡ ਸਕਦੇ ਹਾਂ 1985 ਤੋਂ 90 ਦੇ ਵਿੱਚ। ਇਹ ਸਮਾਂ ਉਦਾਂ ਦਾ ਆ ਜਦੋਂ ਲੋਕ ਗਰੀਬ ਸੀ, ਕਾਫੀ ਮੁਸੀਬਤਾਂ ਤੋਂ ਗੁਜ਼ਰ ਰਹੇ ਸੀ, ਅਜੀਬ ਹਾਲਾਤ ਸੀ, ਗਰੀਬੀ ਸੀ, ਨੌਕਰੀ ਸੀ। ਇਹ ਜੋ ਹਾਲਾਤ ਮੁੰਬਈ ਦੇ ਦੱਸ ਰਹੀ ਹਾਂ, ਜੋ ਵੀ ਹੈ ਮੁੰਬਈ ਦੇ ਹਾਲਾਤ ਨੇ ਕਿ ਮੁੰਬਈ 'ਚ ਉਸ ਟਾਈਮ ਕਿਹੋ ਜਿਹਾ ਸਮਾਂ ਸੀ। ਅਤੇ ਇਹਦੇ ਵਿੱਚ ਅਸੀਂ ਦੋ ਧਿਰਾਂ ਦੀ ਗੱਲ ਕਰਾਂਗੇ, ਇੱਕ ਮੁੰਡੇ ਦੀ ਅਤੇ ਇੱਕ ਕੁੜੀ ਦੇ ਧਿਰ ਦੀ। ਦੋ ਕਹਾਣੀਆਂ ਜੁੜੀਆਂ ਨੇ, ਜੁੜਦੀਆਂ ਨੇ ਆਪਸ 'ਚ ਅਤੇ ਉਸ ਦੇ ਮਾਹੌਲ ਦੇ ਅਕੋਰਡਿੰਗ ਆ। ਤਾਂ ਪਹਿਲਾਂ ਗੱਲ ਕਰਦੇ ਹਾਂ ਜਿਹੜਾ ਲੜਕਾ ਸੀ ਉਸ ਸਮੇਂ ਦਾ ਜਿਹਦੀ ਅਸੀਂ ਗੱਲ ਕਰ ਰਹੇ ਹਾਂ। ਉਹ ਲੜਕਾ ਜੋ ਉਸਦੇ ਘਰ ਦੀ ਹਾਲਤ ਹੈ, ਲੜਕਾ ਸੁੰਦਰ ਹੈ ਪਰ ਬਹੁਤ ਕਮਜ਼ੋਰ ਹੈ ਅਤੇ ਸਮੱਸਿਆਵਾਂ ਵਿੱਚ ਫਸਿਆ, ਉਲਝਿਆ, ਗਰੀਬੀ ਨੂੰ ਕਰ ਰਿਹਾ ਆ, ਚੱਲ ਰਿਹਾ ਆਪਣੇ ਉੱਤੇ। ਅਤੇ ਉਸਦਾ ਜਿਹੜਾ ਘਰ ਹੈ ਨਾ, ਅਤੇ ਉਹਦਾ ਘਰ ਨਹੀਂ ਜਿੱਦਾਂ ਕਿਰਾਏ 'ਤੇ, ਕਿਉਂਕਿ ਮੁੰਬਈ 'ਚ ਤਾਂ ਘਰ ਨਹੀਂ ਲਏ ਹੁੰਦੇ। ਅਤੇ ਉਹ ਘਰ ਜਿਹੜਾ ਕਿਰਾਏ 'ਤੇ ਇੱਕ ਕਮਰਾ ਜਾਂ ਝੁੱਗੀ ਜਿਹੀ ਟਾਈਪ ਹੈ, ਅਤੇ ਘਰ ਦਾ ਮਾਹੌਲ ਦ੍ਰਿਸ਼ ਦਿਖਾ ਰਹੀ ਹਾਂ ਕਿ ਕਿਸ ਹਾਲਾਤਾਂ 'ਚ ਉਹ ਰਹਿ ਰਿਹਾ ਇਸ ਟਾਈਮ। ਅਤੇ ਉਹ ਘਰ ਦਾ ਮਾਹੌਲ ਜਿਹੜਾ ਕਿ ਘਰ ਬੜਾ ਗੰਦਾ ਜਾਂ ਕੰਧਾਂ ਕਾਲੀਆਂ ਕਾਲੀਆਂ ਜੀਆਂ ਅਤੇ ਦੀਵੇ ਦੀ ਲੋ ਦੇ ਨਾਲ ਹੀ ਜਗ ਰਿਹਾ ਆ। ਘਰ ਵਿੱਚ ਇੱਕ ਮਰੀਅਲ ਜਾਂ ਗੰਦਾ ਜਾਂ ਘ੍ਰਿਣਾ ਜਾਂ ਇਨਸਾਨ ਹੈ, ਅਤੇ ਜੋ ਕਿ ਸਿਰਫ ਦਾਰੂ 'ਚ ਲੱਤਪੱਤ ਹੈ ਅਤੇ ਮੂੰਹ 'ਚੋਂ ਅਤੇ ਲਾਰਾਂ ਖੂਨ ਜਾਂ ਕੁਛ ਨਾ ਕੁਛ ਨਿਕਲਦਾ, ਕਿਉਂਕਿ ਬਿਮਾਰੀ ਦਾ ਸ਼ਿਕਾਰ ਹੈ, ਭਿਆਨਕ ਬਿਮਾਰੀ ਦਾ ਸ਼ਿਕਾਰ ਹੈ। ਅਤੇ ਉਹ ਲੜਕਾ ਜੋ ਕਿ ਹੈ ਬਹੁਤ ਸਾਰੇ ਕੰਮ ਕਰਦਾ ਆ। ਪਹਿਲਾਂ ਇੱਕ ਉਹ ਦੁੱਧ ਦੀ ਸਵੇਰੇ ਦੁੱਧ ਦੀ ਦੁਕਾਨ 'ਤੇ ਕੰਮ ਕਰਦਾ, ਸਮੋਸੇ ਵੇਚਦਾ ਹੈ। ਉਸ ਤੋਂ ਬਾਅਦ ਉਹ ਇੱਕ ਸਿਨੇਮਾ ਘਰ ਹੈ ਉੱਥੇ ਮੁੰਬਈ 'ਚ, ਤੁਹਾਨੂੰ ਪਤਾ ਹੀ ਕਿੰਨੇ ਸਿਨੇਮਾ ਘਰ ਸੀ ਉਸ ਟਾਈਮ 'ਚ, ਹੁਣ ਤਾਂ ਚਲੋ ਡਿਫਰੈਂਟ ਚੀਜ਼ਾਂ ਨੇ। ਅਤੇ ਉਹ ਸਿਨੇਮੇ ਘਰ ਦੇ ਵਿੱਚੋਂ ਜਿਹੜਾ ਲੜਕਾ ਇੱਕ ਤਾਂ ਝਾੜੂ ਮਾਰਨ ਦਾ ਕੰਮ ਕਰਦਾ ਹੈ, ਜਦੋਂ ਸਾਰੇ ਚਲੇ ਜਾਂਦੇ ਨੇ ਮੂਵੀ ਦੇਖਣ ਤੋਂ ਬਾਅਦ ਝਾੜੂ ਮਾਰਨ ਦਾ ਕੰਮ ਕਰਦਾ ਹੈ, ਅਤੇ ਇੱਕ ਕੰਮ ਉਹ ਕਰਦਾ ਹੈ ਟਿਕਟਾਂ ਚੈੱਕ ਕਰਨ ਦਾ, ਜਦੋਂ ਕੋਈ ਐਂਟਰ ਕਰਦਾ ਟਿਕਟਾਂ, ਇਹ ਕੰਮ ਉਹ ਕਰਦਾ ਹੈ। ਅਤੇ ਦੂਜੇ ਪਾਸੇ ਹੁਣ ਦੂਜੀ ਧਿਰ ਲੜਕੀ ਦੀ ਗੱਲ ਕਰਦੇ ਹਾਂ। ਲੜਕੀ ਵੀ ਮੁੰਬਈ ਸ਼ਹਿਰ 'ਚ ਹੀ ਰਹਿੰਦੀ ਹੈ, ਉਸ ਤੋਂ ਕੁਛ ਦੂਰੀ 'ਤੇ ਉਸਦੇ ਘਰ ਤੋਂ, ਇੱਕ ਦੂਜੇ ਨੂੰ ਹਜੇ ਨਹੀਂ ਜਾਣਦੇ। ਅਤੇ ਲੜਕੀ ਦੇ ਘਰ ਵਿੱਚ ਉਸਦੀ ਮਾਂ ਹੈ, ਉਸਦਾ ਭਰਾ ਹੈ, ਉਸਦਾ ਬਾਪ ਹੈ। ਬਾਪ ਵੀ ਕੁਛ ਜ਼ਿਆਦਾ ਕੰਮ ਨਹੀਂ ਕਰਦਾ, ਇੱਧਰ ਉੱਧਰ ਹੀ, ਮਤਲਬ ਗਲਤ ਪਰਸਨੈਲਿਟੀ ਵਾਲਾ ਹੈ ਉਸਦਾ ਬਾਪ। ਭਰਾ ਵੀ ਅਣਖ ਅਜੀਬ ਜਿਹੇ, ਮਤਲਬ ਅਜੀਬ ਜਿਹੇ ਰੁਤਬੇ ਵਾਲਾ ਆ, ਭਾਵ ਆਕੜ 'ਚ ਰਹਿਣ ਵਾਲਾ ਹੈ, ਜਦੋਂ ਕੁੜੀਆਂ ਨੂੰ ਦਬਾਉਣ ਵਾਲੀ ਸੋਚ ਹੈ। ਅਤੇ ਮਾਂ ਹੈ, ਮਾਂ ਵੀ ਪੁੱਤਰ ਨਾਲ ਹੀ ਜ਼ਿਆਦਾ ਕਰਦੀ ਹੈ। ਅਤੇ ਕੁੜੀ ਕਾਫੀ ਖੁੱਲ੍ਹੇ ਵਿਚਾਰਾਂ ਵਾਲੀ ਹੈ, ਖੁੱਲ੍ਹਾ ਜ਼ਿੰਦਗੀ 'ਚ ਕੁਛ ਕਰਨਾ ਚਾਹੁੰਦੀ ਆ। ਅਤੇ ਕਹਾਣੀ ਕੁਛ ਇੱਦਾਂ ਸ਼ੁਰੂ ਹੁੰਦੀ ਆ, ਉਹ ਲੜਕੀ ਸਵੇਰੇ ਲੇਟ ਉੱਠਦੀ ਹੈ ਅਤੇ ਉਸਦਾ ਭਰਾ ਉਸਨੂੰ ਬੋਲਦਾ ਹੈ ਕਿ ਤੇਰੇ ਕੋਲ ਸਵੇਰੇ ਜਲਦੀ ਨਹੀਂ ਉੱਠਿਆ ਜਾਂਦਾ। ਤਾਂ ਉਹ ਖਿਜੀ ਹੋਈ ਕਹਿੰਦੀ ਹੈ, ਕਿਉਂਕਿ ਉਹ ਬੜਬੋਲੀ ਹੈ, ਆਪਣੇ ਮਨ ਦੀ ਕਰਨ ਵਾਲੀ ਹੈ, ਭਾਵੇਂ ਉੱਤੇ ਲੱਖ ਪਾਬੰਦੀਆਂ ਨੇ ਪਰ ਫਿਰ ਵੀ ਕੁਛ ਜਿਨ੍ਹਾਂ 'ਚ ਹੁੰਦਾ ਨਾ ਜਨੂੰਨ ਜਾਂ ਕੁਛ ਆਪਣੀ, ਅਤੇ ਉਹ ਬੱਝੇ ਨਹੀਂ ਰਹਿ ਸਕਦੇ ਇਨਸਾਨ। ਅਤੇ ਉਹ ਲੜਕੀ ਉਹਨੂੰ ਕਹਿੰਦੀ ਕਿ ਸਵੇਰੇ ਮੈਂ ਉੱਠ ਕੇ ਕੀ ਕਰਨਾ, ਮੈਂ ਕਿਹੜੀ ਕਾਲਜ ਜਾਣਾ, ਜਾਂ ਤਾਂ ਕਾਲਜ ਕੁਲਜ ਜਾਣਾ ਹੋਵੇ ਤਾਂ ਵੀ ਮੈਂ ਉੱਠਾ ਨਾ। ਅਤੇ ਉਹਦਾ ਭਰਾ ਉੱਦਾਂ ਹੀ, ਉਹੀ ਬਦਤਮੀਜ਼ੀ ਵਾਲੇ ਜਿੱਦਾਂ ਦੇ ਲੋਕ ਹੁੰਦੇ ਆ, ਥੱਪੜ ਮਾਰ ਦਿੰਦਾ ਇਸ ਗੱਲ 'ਤੇ। ਉਹ ਲੜਕੀ ਨੂੰ ਗੁੱਸਾ ਆਉਂਦਾ ਆ, ਕੋਈ ਚੀਜ਼ ਸੁੱਟ ਦਿੰਦੀ ਆ। ਅਤੇ ਲੜਕਾ ਮਤਲਬ ਆਪਣੀ ਅਣਖ ਜਗ੍ਹਾ ਉੱਤੇ ਰੱਖਣ ਦੇ ਲਈ ਕਿ ਮੈਂ ਥੱਪੜ ਮਾਰਿਆ ਸੀ, ਇੰਨੀ ਕਿੱਦਾਂ ਗੁੱਸਾ ਕਿੱਦਾਂ ਜਿਤਾ ਦਿੱਤਾ, ਉਸਨੂੰ ਹੋਰ ਕੁੱਟਦਾ ਹੈ, ਥੱਪੜ ਮਾਰਦਾ ਨਿੱਕੀ ਜਿਹੀ ਗੱਲ ਤੋਂ। ਮਾਂ ਵੀ ਨਹੀਂ ਕੁਛ ਬੋਲਦੀ, ਬਾਪ ਵੀ ਨਹੀਂ ਕੁਛ ਬੋਲਦਾ, ਆਪਣੇ ਕੰਮ ਮਸਤ ਹੁੰਦੇ ਆ। ਅਤੇ ਲੜਕੀ ਰੋਂਦੀ ਨਹੀਂ ਹੈ, ਇੱਕ ਸਾਈਡ 'ਤੇ ਜਾ ਕੇ ਬੈਠ ਜਾਂਦੀ ਹੈ। ਅਤੇ ਉਹ ਰੋਂਦੀ ਨਹੀਂ, ਇੱਕ ਸਾਈਡ 'ਤੇ ਜਾ ਕੇ ਬੈਠ ਜਾਂਦੀ ਹੈ। ਅਤੇ ਉਹਨੂੰ ਘ੍ਰਿਣਾ ਆਉਂਦੀ ਹੈ, ਖਿਝ ਜਾਂਦੀ ਹੈ ਅਜਿਹੀ ਜ਼ਿੰਦਗੀ ਤੋਂ, ਉਹ ਖਿਝੀ ਹੁੰਦੀ ਆ। ਹੁੰਦਾ ਨਾ ਇੱਕ ਵਾਰੀ ਤੁਹਾਨੂੰ ਰੋਣਾ ਨਹੀਂ ਆਉਂਦਾ, ਕਈ ਵਾਰ ਹੁੰਦਾ ਤੁਹਾਨੂੰ ਖਿਝ ਆਉਂਦੀ ਆ। ਆਪਣੇ ਮਾਂ ਬਾਪ ਤੋਂ ਹੀ ਉਹਨੂੰ ਘ੍ਰਿਣਾ ਆ ਗਈ ਸੀ, ਆਪਣੇ ਭਰਾ ਤੋਂ ਇੰਨੀ ਘ੍ਰਿਣਾ ਆ ਚੁੱਕੀ ਸੀ ਕਿ ਉਸਨੂੰ ਸੀ, ਇੱਕ ਟਾਈਮ ਹੁੰਦਾ ਨਾ ਤੁਹਾਨੂੰ ਮਾਰਨ ਨੂੰ ਵੀ ਜੀਅ ਕਰਦਾ, ਸਾਰਾ ਕੁਛ ਛੱਡ ਛਡਾ ਕੇ ਕਿਤੇ ਦੂਰ ਜਾਣ ਨੂੰ ਜੀਅ ਕਰਦਾ ਆ, ਜਦੋਂ ਤੁਹਾਡੇ ਕੋਈ ਇਨਸਾਨ ਕੋਈ ਜ਼ਿੰਦਗੀ 'ਚ, ਕਿਉਂਕਿ ਜ਼ਿੰਦਗੀ 'ਚ ਕੋਈ ਇਨਸਾਨ ਨਾ ਹੋਵੇ ਜਿਹਨੂੰ ਦੁੱਖ ਦਰਦ, ਜ਼ਿੰਦਗੀ 'ਚ ਕੋਈ ਮਕਸਦ ਨਾ ਹੋਵੇ ਜਦੋਂ ਕਿਸੇ ਦੇ, ਤੁਹਾਡੇ ਕੋਈ ਇਨਸਾਨ ਨਾ ਹੋਵੇ ਜੋ ਤੁਹਾਨੂੰ ਪਿਆਰ ਕਰੇ, ਘਰ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਮਾਹੌਲ ਨਾ ਚੰਗਾ ਹੋਵੇ। ਤਾਂ ਖਿਚੀ ਹੋਈ ਸੀ, ਮਤਲਬ ਉਹਦਾ ਸੀਨ ਇਸ ਤਰ੍ਹਾਂ ਦਾ ਆ ਕਿ ਅਜੀਬ ਮਾਹੌਲ ਹੈ, ਉਹਨੂੰ ਗੁੱਸਾ ਆ ਰਿਹਾ ਆ, ਖਿਝ ਚੜ ਰਹੀ ਆ, ਹੱਥ ਦੱਬ ਰਹੀ ਆ, ਆਪਣੀ ਚੁੰਨੀ ਘੁੱਟ ਰਹੀ ਆ, ਚਕੀਚੀਆਂ ਲੈ ਰਹੀ ਆ ਜਿਸ ਤਰ੍ਹਾਂ। ਅਤੇ ਮਾਂ ਨੂੰ ਕੋਈ ਅਸਰ ਨਹੀਂ, ਮਾਂ ਨੂੰ ਵੀ, ਮਾਂ ਆਉਂਦੀ ਹੈ ਅਤੇ ਉਸਨੂੰ ਕੁਝ 1 ਰੁਪਈਆ ਦੇ ਕੇ ਕਹਿੰਦੀ ਹੈ ਕਿ ਦੁੱਧ ਲੈ ਕੇ, ਉਸ ਟਾਈਮ ਦੀ ਗੱਲ ਆ, ਬਹੁਤ ਘੱਟ ਪੈਸੇ 'ਚ ਬਹੁਤ ਸਮਾਨ ਆ ਜਾਂਦਾ ਸੀ। ਅਤੇ ਉਹ ਕੀ ਕਰਦੀ ਆ, ਗੁੱਸੇ ਨਾਲ ਜਾਂਦੀ ਆ, ਘਰੋਂ ਨਿਕਲਦੀ ਆ, ਥੋੜ੍ਹਾ ਮੂਡ ਠੀਕ ਕਰਦੀ, ਆਪਣਾ ਦੁੱਧ ਲੈਣ ਜਾਂਦੀ ਆ। ਉਹ ਲੜਕੀ ਦੀ ਇੱਕ ਚੰਗੀ ਗੱਲ ਇਹ ਸੀ ਕਿ ਉਹ ਕਢਾਈ ਜਾਣਦੀ ਸੀ, ਕਢਾਈ ਅਤੇ ਸਿਲਾਈ ਜਾਣਦੀ ਸੀ। ਉਹ ਜਿੱਦਾਂ ਉਸ ਟਾਈਮ ਲੋਕਾਂ ਦੇ ਰੁਮਾਲ ਦੇ ਉੱਤੇ ਕਬੂਤਰ ਬੂਟੀਆਂ ਕੱਢ ਕੇ ਦਿੰਦੀ ਸੀ, ਤਾਂ ਲੋਕ ਉਹਨੂੰ 25 ਪੈਸੇ, 5 ਪੈਸੇ, 10 ਪੈਸੇ, ਇਸ ਤਰ੍ਹਾਂ ਉਸਨੂੰ ਪੈਸੇ ਦੇ ਜਾਂਦੇ ਹੁੰਦੇ ਸੀ, ਅਤੇ ਉਸ ਕੋਲ ਉਹ ਹੁੰਦੇ ਸੀਗੇ।
ਤੇ ਉਹ ਜਦੋਂ ਦੁੱਧ ਲੈਣ ਜਾਂਦੀ ਹੈ ਤੇ ਉਹਦੇ ਕੋਲ ਕੁਛ 25 ਪੈਸੇ ਦੀ ਉਹ ਨਾਨ ਖਟਾਈ ਲੈ ਆਉਂਦੀ ਹੈ ਕਿ ਬਿਸਕਿਟ ਜਾਂ ਲੈ ਆਉਂਦੀ ਹੈ ਤੇ ਉਹਨੂੰ ਆਪਣੇ ਰੁਮਾਲ 'ਚ ਬੰਨ ਕੇ ਨਾ ਬੜੀ ਖੁਸ਼ ਹੋ ਕੇ ਘਰ ਲੈ ਆਉਂਦੀ ਹੈ। ਮਤਲਬ ਉਹ ਨਿੱਕੀ ਜੀ ਉਸ ਬਿਸਕਿਟ ਅਤੇ ਉਸ ਨਾਨ ਖਟਾਈ 'ਚੋਂ ਆਪਣੀ ਖੁਸ਼ੀ ਲੱਭਦੀ ਆ, ਘਰ ਆਉਂਦੇ ਦੁੱਧ ਦਿੰਦੀ ਆ ਅਤੇ ਉਹ ਫਿਰ ਭਰਾ ਨੂੰ ਦੇਖਦੇ ਉਹਨੂੰ ਫਿਰ ਗੁੱਸਾ ਆ ਜਾਂਦਾ ਹੈ ਅਤੇ ਉਹ ਇੱਕ ਸ਼ੈਲਫ ਜੀ ਦੇ ਨੀਚੇ ਵੜ ਕੇ ਨਾ ਬੜੀ ਖੁਸ਼ ਹੋ ਕੇ ਨਾ ਉਹ ਨਾਨ ਖਟਾਈ ਖਾਂਦੀ ਹੈ। ਇੰਨੀ ਉੱਤੇ ਛੋਟਾ ਜਿਹਾ ਇੱਕ ਬਦਾਮ ਦਾ ਟੁਕੜਾ ਲੱਗਿਆ ਹੁੰਦਾ, ਉਹਨੂੰ ਅਲੱਗ ਕੱਢ ਕੇ ਰੱਖ ਲੈਂਦੀ ਹੈ ਅਤੇ ਖਾਂਦੀ ਹੈ। ਮਤਲਬ ਉਹਨੂੰ ਉਸ ਚੀਜ਼ 'ਚੋਂ ਖੁਸ਼ੀ ਪ੍ਰਾਪਤ ਕਰਦੀ ਹੈ ਜਦੋਂ ਉਹਨੂੰ ਨਹੀਂ ਮਿਲਦਾ। ਲਾਈਕ ਉਹਨੇ ਦਿਖਾਇਆ ਗਿਆ ਕਿ ਤੁਸੀਂ ਖੁਦ ਹੋ ਆਪਣੀ ਖੁਸ਼ੀ ਦਾ ਕਾਰਨ। ਠੀਕ ਹੈ, ਚਲੋ ਇੱਥੇ ਗੱਲ ਹੋ ਗਈ। ਉਹ ਮੁੰਡਾ ਵੀ ਉੱਥੇ, ਉਹ ਜਿਹੜਾ ਮੁੰਡਾ ਜਿਸ ਆਦਮੀ ਕੋਲ ਰਹਿ ਰਿਹਾ ਆ ਅਤੇ ਉਹ ਆਦਮੀ ਨੇ ਉਸਨੂੰ ਪਾਲਿਆ ਹੁੰਦਾ, ਉਸਦਾ ਬਾਪ ਨਹੀਂ ਹੁੰਦਾ, ਜਸਟ ਉਹਨੂੰ ਇੱਦਾਂ ਹੀ ਚੱਕਿਆ ਹੁੰਦਾ ਆ ਅਤੇ ਉਹ ਆਦਮੀ ਹੁਣ ਸ਼ਰਾਬੀ ਆ, ਬਸ ਦਾਰੂ ਪੀਂਦਾ, ਉਹ ਮੁੰਡੇ ਨੂੰ ਕੁੱਟ ਵੀ ਲੈਂਦਾ ਕਦੀ ਕਦੀ ਅਤੇ ਮੁੰਡਾ ਕੁਛ ਨਹੀਂ ਕਹਿੰਦਾ। ਅਤੇ ਪਰ ਜਦੋਂ ਉਹਨੂੰ ਕਹਿੰਦਾ ਮੈਂ ਤੇਰਾ ਬਾਪ ਹਾਂ, ਉਹ ਕਹਿੰਦਾ ਮੈਂ ਤੂੰ ਮੇਰਾ ਬਾਪ ਨਹੀਂ ਹੈ, ਤੂੰ ਸਿਰਫ ਮੈਨੂੰ ਚੱਕਿਆ ਇਸ ਅਹਿਸਾਨ ਕਰਕੇ ਮੈਂ ਤੈਨੂੰ ਪਾਲ ਰਿਹਾ ਹਾਂ। ਅਤੇ ਮੁੰਡਾ ਕੰਮ ਕਾਰ ਖਰਾਬ ਕਰਕੇ ਉਸ ਲਈ ਦਾਰੂ ਲਿਆਉਂਦਾ, ਰੋਜ਼ ਦੋ ਪਊਏ ਦਾਰੂ ਦੇ ਲਿਆ ਕੇ ਉਸ ਕੋਲ ਰੱਖ ਦਿੰਦਾ। ਇੰਨੀ ਗੰਦਗੀ, ਬਹੁਤ ਗੰਦੀ ਉਸ ਘਰ 'ਚ ਦਿਖਾਈ ਦਿੰਦੀ ਹੈ। ਅਤੇ ਉਹ ਮੁੰਡਾ ਇੰਨੇ ਕੰਮ ਕਰਨ ਤੋਂ ਬਾਅਦ ਆ ਕੇ ਚਾਵਲ ਧਰਦਾ ਹੈ, ਦਾਲ ਧਰਦਾ ਆ, ਫਿਰ ਖਾਂਦਾ ਆ। ਮਤਲਬ ਅਜੀਬ ਜਿਹੀ ਜ਼ਿੰਦਗੀ 'ਚ ਉਹ ਵੀ ਜੀ ਰਿਹਾ, ਜਿਹਦੇ ਵਿੱਚ ਕੋਈ ਹਾਸਾ ਨਹੀਂ, ਕੋਈ ਤੁਹਾਡੇ ਕੋਲ ਇਨਸਾਨ ਨਹੀਂ ਹੈ ਜਿਹਦੇ ਨਾਲ ਤੁਸੀਂ ਗੱਲ ਕਰ ਲਓ, ਕੋਈ ਤੁਹਾਡੇ ਕੋਲ ਇੱਦਾਂ ਦਾ ਉਸ ਟਾਈਮ ਕਿਹੜੀ ਫੋਨ ਹੁੰਦੇ ਸੀ ਜਾਂ ਜਿਹੜਾ ਹੈ ਨਾ ਕਿ ਬੰਦਾ ਫੋਨ 'ਤੇ ਲੱਗ ਜਾਵੇ ਜਾਂ ਸੋ ਚੀਜ਼ਾਂ ਇੱਧਰ ਉੱਧਰ ਮਾਇੰਡ ਡਿਵਰਟ ਕਰ ਲਏ, ਨਹੀਂ ਸੀ। ਮਤਲਬ ਬਹੁਤ ਮੈਂਟਲੀ ਬਹੁਤ ਪਰੇਸ਼ਾਨੀ ਵਾਲਾ ਸੀਨ ਆ ਉਹ। ਚਲੋ ਉਹ ਠੀਕ ਹੈ। ਫਿਰ ਉਹ ਲੜਕੀ ਕੋ ਕੁਛ ਪੈਸੇ ਹੁੰਦੇ ਨੇ, ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਲੜਕੀ ਕਢਾਈ ਕੱਢ ਕੇ ਅਤੇ ਮਾੜੇ ਮੋਟੇ ਲੋਕਾਂ ਤੋਂ ਪੈਸੇ ਇਕੱਠੇ ਕਰ ਲੈਂਦੇ ਅਤੇ ਜਮ੍ਹਾਂ ਕੀਤੇ ਹੁੰਦੇ ਨੇ ਪੈਸੇ। ਲੜਕੀ ਦੀ ਇੱਕ ਸਹੇਲੀ ਹੁੰਦੀ ਆ ਅਤੇ ਲੜਕੀ ਦੀ ਸਹੇਲੀ ਨਾਲ ਉਹ ਫਿਲਮ ਦੇਖਣ ਜਾਂਦੀ ਆ ਅਤੇ ਜਿੱਦਾਂ ਉਹਦੇ ਭਰਾ ਦੇ ਬਾਪੂ ਚੱਲ ਜਾਂਦੇ ਆ ਅਤੇ ਉਹ ਮਾਂ ਨੂੰ ਕੁਛ ਸਮਝਦੀ ਨਹੀਂ ਸੀ, ਮਾਂ ਵੀ ਨਹੀਂ ਉਹਨੂੰ ਕੁਛ ਸਮਝਦੀ ਸੀ ਅਤੇ ਉਹ ਕਹਿੰਦੀ ਕਿੱਥੇ ਚੱਲੀ, ਕਹਿੰਦੀ ਮੈਂ ਫਿਲਮ ਦੇਖਣ ਚੱਲੀ ਹਾਂ। ਜਦੋਂ ਚਲੇ ਜਾਂਦੀ ਹੈ ਫਿਲਮ ਦੇਖਣ, ਫਿਲਮ ਦੇਖਣ ਜਾਂਦੀ, ਉਹ ਲੜਕਾ ਉਹਨੂੰ ਟੱਕਰਦਾ ਹੈ। ਕੁਛ ਨਹੀਂ, ਉਹ ਲੜਕੀ ਬਸ ਜਿੱਦਾਂ ਇੱਕ ਇੱਕ ਜਦੋਂ ਤੁਸੀਂ ਇਕੱਲੇ ਹੋਵੋ ਨਾ, ਤੁਹਾਡੀ ਜ਼ਿੰਦਗੀ 'ਚ ਕੁਛ ਨਹੀਂ ਆ ਅਤੇ ਤੁਹਾਨੂੰ ਇੱਕ ਖਿੱਚ, ਇੱਕ ਉਮਰ ਉੱਦਾਂ ਦੀ ਹੁੰਦੀ ਹੈ, ਇੱਕ ਤੁਹਾਨੂੰ ਦੁਨੀਆ ਤੋਂ ਸਤਾਏ ਹੋਏ ਹੁੰਦੇ ਹੋ, ਤੁਹਾਨੂੰ ਕੁਛ ਚੀਜ਼ਾਂ ਖਿੱਚਦੀਆਂ ਨੇ, ਹੈ ਨਾ। ਉਹ ਨਿਗਾਹ ਉਸ ਲੜਕੇ ਵੱਲ ਗਈ, ਉਹ ਲੜਕੀ ਨੇ ਵੈਸੇ ਹੀ ਮਸਤੀ ਦੇ ਤੌਰ 'ਤੇ ਮਤਲਬ ਉਹਨੂੰ ਦੇਖ ਰਹੀ ਸੀ, ਹੈ ਨਾ, ਉਹਨੂੰ ਚੰਗਾ ਲੱਗ ਰਿਹਾ ਸੀ, ਪਤਾ ਨਹੀਂ ਉਹਨੂੰ ਉਹਦਾ ਕੰਮ ਕਰਨਾ ਚੰਗਾ ਲੱਗ ਰਿਹਾ ਸੀ, ਲੋਕਾਂ ਨੂੰ ਸਮੋਸੇ ਦੇ ਰਿਹਾ ਸੀ, ਉਹ ਲੜਕੇ ਨੇ ਉਦੋਂ ਤੱਕ ਉਹਨੂੰ ਕੁਛ ਨਹੀਂ ਦੇਖਿਆ ਨਹੀਂ ਹੁੰਦਾ ਅਤੇ ਲੜਕੇ ਨੂੰ ਕੰਟੀਨਿਊਸਲੀ ਦੇਖੀ ਜਾ ਰਹੀ ਆ, ਬਾਲ ਹਿਲਾਈ ਜਾ ਰਹੀ ਆ, ਜਿੱਦਾਂ ਜਵਾਨੀ ਕਹਿ ਸਕਦੇ ਆ। ਅਤੇ ਫਿਰ ਉਹ ਮੂਵੀ ਵਗੈਰਾ ਦੇਖਦੀ ਬੜੀ ਖੁਸ਼ ਹੁੰਦੀ ਆ ਅਤੇ ਫਿਰ ਜਦੋਂ ਵਾਪਸ ਆਉਂਦੀ ਆ, ਉਦੋਂ ਲੜਕਾ ਵੀ ਉਹਨੂੰ ਨੋਟਿਸ ਕਰ ਲੈਂਦਾ ਕਿ ਮੈਨੂੰ ਉਹ ਦੇਖ ਰਹੀ ਆ, ਪਰ ਰਿਸਪੋਂਸ ਨਹੀਂ ਦਿੰਦਾ ਕੋਈ, ਕਿਉਂਕਿ ਉਹ ਪਰੇਸ਼ਾਨੀਆਂ 'ਚ ਸੀ ਉੱਤੋਂ, ਉਹਨੂੰ ਉਹ ਗੱਲਾਂ ਚਲੋ ਚਲੀ ਗਈ ਲੜਕੀ। ਫਿਰ ਕਿਉਂਕਿ ਹੁਣ ਉਹ ਲੜਕੀ ਕੋਈ ਮਕਸਦ ਨਹੀਂ ਆ, ਹੁਣ ਉਹਨੂੰ ਮਕਸਦ ਕੀ ਬਣ ਗਿਆ, ਉਹ ਲੜਕਾ ਮਕਸਦ ਬਣ ਗਿਆ, ਉਹਨੂੰ ਦੇਖਣਾ ਚਾਹੁੰਦੀ ਆ ਦੁਬਾਰਾ, ਉਹਨੂੰ ਉਹਦੇ ਨਾਲ ਦਿਲ ਲੱਗ ਗਿਆ ਜਿਸ ਤਰ੍ਹਾਂ, ਹੈ ਨਾ, ਪਿਆਰ ਹੀ ਕਹਿ ਲਓ ਤੁਸੀਂ, ਦਿਲ ਲੱਗ ਗਿਆ, ਪਿਆਰ ਨਹੀਂ ਅਟਰੈਕਸ਼ਨ ਹੋ ਜਾਂਦੀ ਆ ਜਦੋਂ ਤੁਹਾਡੇ ਕੋਲ ਕੁਛ ਨਹੀਂ ਹੈ ਕਰਨ ਲਈ, ਪੜ੍ਹਨ ਲਈ ਕੁਛ ਨਹੀਂ ਆ, ਹੈ ਨਾ, ਤੁਹਾਡੇ ਮਾਂ ਬਾਪ ਤੁਹਾਨੂੰ ਪਸੰਦ ਨਹੀਂ ਕਰਦੇ, ਤੁਹਾਡੇ ਘਰ ਵਿੱਚ ਕੋਈ ਨਹੀਂ ਆ, ਤੁਹਾਡਾ ਦੋਸਤ ਮਿੱਤਰ ਕੋਈ ਨਹੀਂ ਆ, ਹੈ ਨਾ, ਕੁਛ ਇੱਦਾਂ ਦਾ ਨਹੀਂ ਆ, ਅਤੇ ਮਤਲਬ ਤੁਸੀਂ ਦੂਜੇ ਚੀਜ਼ਾਂ ਵੱਲ ਛੇਤੀ ਅਟਰੈਕਟ ਹੋ ਜਾਂਦੇ ਹੋ। ਅਤੇ ਉਹ ਫਿਰ ਦੂਜੇ ਦਿਨ ਮੂਵੀ ਦੇਖਣ ਜਾਂਦੀ, ਮਾਂ ਉਹਨੂੰ ਪੁੱਛਦੀ ਆ, ਮਾਂ ਨੂੰ ਕਹਿੰਦੀ ਠੀਕ ਆ ਮੈਂ ਫਿਲਮ, ਉਹ ਫਿਰ ਚਲੀ ਗਈ। ਅਤੇ ਫਿਰ ਲੜਕੇ ਵੱਲ ਦੇਖਦੀ, ਲੜਕਾ ਵੀ ਦੇਖਦਾ, ਕੋਈ ਰਿਸਪੋਂਸ ਨਹੀਂ ਦਿੰਦਾ ਪਰ ਦੇਖਦਾ ਆ। ਅਤੇ ਫਿਰ ਜਦੋਂ ਮੂਵੀ ਦੇਖ ਕੇ ਆਉਂਦੇ ਆ, ਲੜਕਾ ਟਿਕਟ ਲੈਂਦਾ ਹੁੰਦਾ ਆ ਉਹਨਾਂ ਤੋਂ, ਪਤਾ ਨਹੀਂ ਕੁਛ ਟਿਕਟ ਦਾ ਕੁਛ ਸੀਨ, ਟਿਕਟ ਲੈਂਦਾ ਆ ਅਤੇ ਹੱਥ ਜਿਹਾ ਟੱਚ ਕਰ ਜਾਂਦਾ ਹੈ। ਇੰਨੀ 'ਚ ਹੀ ਉਹ ਕੁੜੀ ਚਲੇ ਜਾਂਦੀ, ਮੁੰਡਾ ਵੀ ਚਲੇ ਜਾਂਦਾ, ਹੈ ਨਾ, ਇੱਕ ਦੂਜੇ ਨੂੰ ਦੇਖ ਕੇ। ਉਹ ਲੜਕੀ ਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਉਸ ਚੀਜ਼ ਤੋਂ, ਇੱਕ ਹੱਥ ਟੱਚ ਕਰਨ ਤੋਂ। ਮਤਲਬ ਉਹ ਸੋਚਾਂ 'ਚ ਪੈ ਜਾਂਦੇ ਆ, ਅਟਰੈਕਸ਼ਨ, ਮੈਂਟਲੀ ਫਿਜ਼ੀਕਲੀ ਅਟਰੈਕਸ਼ਨ। ਜਦੋਂ ਤੁਸੀਂ ਆਪਣੇ ਮਤਲਬ ਆਸ ਪਾਸ ਨੈਗੇਟਿਵਿਟੀ ਤੋਂ ਬਚਣ ਦੇ ਲਈ ਤੁਹਾਨੂੰ ਇੱਕ ਚੀਜ਼ ਮਿਲ ਜਾਏ ਨਾ, ਅਤੇ ਇੱਕ ਉਹ ਉਮਰ ਜੋ ਹੁੰਦੀ ਆ ਉਸ ਤਰ੍ਹਾਂ ਦੀ ਹੁੰਦੀ ਆ, ਤੁਹਾਨੂੰ ਅਟਰੈਕਸ਼ਨ ਜਲਦੀ ਹੋ ਜਾਂਦੀ ਹੈ ਚੀਜ਼ਾਂ ਨੂੰ। ਅਤੇ ਲੜਕੀ ਫਿਰ ਤੀਜੇ ਦਿਨ ਫਿਲਮ ਦੇਖਣ ਆਉਂਦੀ ਆ, ਇਸ ਵਾਰ ਲੜਕਾ ਵੀ ਦੇਖਦਾ, ਨੋਟਿਸ ਕਰਦਾ ਆ, ਲੜਕਾ ਹਿੰਮਤ ਕਰਦਾ, ਨਹੀਂ ਨਹੀਂ ਹਾਂ, ਲੜਕੀ ਕੀ ਕਰਦੀ ਆ, ਉਹ ਮੂਵੀ ਦੇਖਣ ਜਾਂਦੇ ਆ ਜਦੋਂ, ਅਤੇ ਲੜਕਾ ਨੋਟਿਸ ਕਰ ਲੈਂਦਾ, ਠੀਕ ਆ, ਉਹ ਹੁਣ ਇੱਕ ਦੂਜੇ ਨੂੰ ਦੇਖਣ ਲੱਗ ਜਾਂਦੇ ਆ, ਸਿਰਫ ਦੇਖਦੇ ਆ, ਗੱਲਬਾਤ ਨਹੀਂ ਕਰਦੇ, ਅਤੇ ਲੜਕੀ ਦਾ ਕੀ ਆ, ਪਰਸ ਅੰਦਰ ਰਹਿ ਜਾਂਦਾ ਆ, ਪਰਸ ਅੰਦਰ ਰਹਿ ਜਾਂਦਾ, ਅਤੇ ਥੀਏਟਰ ਬੰਦ ਹੋ ਜਾਂਦਾ, ਲੜਕਾ ਜਾਣ ਲੱਗਦਾ, ਲੜਕੇ ਨਾਲ ਹੀ ਆ ਜਾਂਦੀ ਆ, ਕਹਿੰਦੀ ਮੇਰਾ ਨਾ ਪਰਸ ਅੰਦਰ ਰਹਿ ਗਿਆ ਆ। ਉਦੋਂ ਉਹਨੇ ਇੱਕ ਦੂਜੇ ਦੀ ਆਵਾਜ਼ ਸੁਣੀ ਅਤੇ ਲੜਕਾ ਅੰਦਰ ਪਰਸ ਲੈਣ ਜਾਂਦਾ ਆ, ਅਤੇ ਜਦੋਂ ਪਰਸ 'ਚ ਦੇਖਦਾ, ਥੋੜ੍ਹੇ ਬਹੁਤ ਪੈਸੇ ਵੀ ਹੁੰਦੇ ਆ, ਲਿਪਸਟਿਕ ਹੁੰਦੀ ਆ, ਅਤੇ ਉਹਦੇ ਵਿੱਚ ਨਾ ਉਹਨੂੰ ਇੱਕ ਬਿੰਦੀਆਂ ਦਾ ਪੱਤਾ ਮਿਲਦਾ ਆ।
बिंदिया के पत्ते चो की करता है, एक बिंदी कढ के ना अपने बटुए दे विच लगा लैंदा है, पर्स दे विच लगा लैंदा है, ते पर्स वापस कर दिंदा लड़की नूं। लड़की पहले पैसे चैक करदी, शायद पैसे पूसे ना कढ़े होण, पर इदां दा कुछ नहीं है, चलो वो चले जाता है। तो फिर लड़का जदों घर जाता ना, भावें उहदे घर च माहौल गंदा हुंदा है, वह गंदा जा आदमी, दारू वाला, गंदा घर, खाना बनाना, वो जदों अपना पर्स खोल के उहदे विचों बिंदी देखता से ना, उहनूं सुकून मिलता से, उहनूं इदां लगता से उहदे घर विच मौजूद आ कोई जिहदे नाल वह बिंदी दे थ्रू उहनूं पॉजिटिविटी आ रही सीगी। वह लड़के नूं दिमाग है, अज कल तो किन्ना कुछ गिफ्ट शिफ्ट कोल इंसान हो गए, वह फीलिंग नहीं आती, वह एक बिंदी के नाल उहदे भाव जाग रहे से, जिस तरह प्यार हजे भी नहीं सी, पर एक अलग ही फील सी, है ना, किसी के कोल होने की फील सी। तो तीसरे दिन फिर वो लड़की मूवी देखने आती है, तो उदों की माँ उन्होंने काफ़ी बोलती है, पर वो नहीं सुनती, चले जाती है चौथे दिन। तो फिर लड़का उन्होंने नाम पूछता, वो अपना नाम दसती है, तो फिर मतलब वो फिर लड़की ही उन्होंने कहती है कि आप कितने जा सकते हैं घूमन या कोई कुछ ऐसा, तो उदों कोई बी समुंदर जे किनारे वो चले जाती है वो, ठीक है, गल्लां करते हैं, शर्मिला जिहा हुंदा लड़का, तो वह भी गल्लां गुल्लां करते हैं। फिर उन्होंने दसदी है कि मेरे घर का माहौल इदा है, मैं इतों निकलना चाहनी हाँ। लड़का भी कहता कि मैं भी इस दुनिया चो निकलना चाहना हाँ, तो फिर चलो अपनी दुखदायक घटनावान सुनाते हैं, प्रॉब्लम दसते हैं, चले जाता। फिर लड़के अपने घर चले जाए, अपने घर उत्ते जाते ही फिर वह किसी ने उन्होंने शायद देखा होंगे दोनों, तो वह भरा बहुत ज़्यादा कुटता है, उन्होंने बहुत ज़्यादा कुटता है, तो माँ भी कुटती है, प्यो भी बोलता है, बहुत परेशान हो जाती है। तो अगले दिन ही वो फिर दोबारा उस लड़के को मिलती है चोरी चोरी किसी तरह, तो वो लड़के को कहती है कि मैं इतने नहीं रहना, तू भी परेशान है। लड़की उस लड़का बहुत अलग टाइप का होंगे मैंटली, वो प्यार विच पैण वाला नहीं सी, बस वो कल्ला सी जिंदगी दे विच, ना उन्हें माँ देखी, ना बाप देखी, ना कोई रिश्ता नाता देखिया, वो कल्ला सी जिंदगी दे विच। ते लड़की उन्हें कहती कि आप इतों चले जाने हाँ, तो मैं नहीं रह सकती इतने, तो लड़का मनी गया, जिदा उन्हें कहा कहना चल ठीक है, तू कल रात को आ जाइए, आप चले जावे। तो लड़की की करती है, जिन्ने माड़े मोटे उसके पैसे होंगे आ, तो रुमाल रुमूल उन्हें लड़के लिए कढ़िया हों, सारा कुछ लैके बैग लैके रात को निकल जाती चोरी चोरी। तो लड़का उन्हों दिखता नहीं पहला, काफ़ी टाइम तो डर जाते, शायद उसने गलती कर ली है कि वो लड़का तो आ ही नहीं रहा, तो पर वो लड़का उन्होंने मिल जाता है चल, पर वो लड़के के दिल में उन्हों गुड फील नहीं हो, चंगा फील नहीं हो रहा लड़की को लेके जाना, क्योंकि हजे प्यार नहीं सी उन्होंने दोनों के, सिर्फ अट्रैक्शन सी, क्योंकि उन्होंने दोनों को कोई ऐसा इंसान से जिन्हें वो गल कर रहे थे, जिन उन्होंने को एक जिंदगी मकसद से एक दूजे को देखना मिलना वह आना, तांग होंगी ना एक बंद की, वो सी प्यार नहीं सी हजे। तो लड़की घरों निकलना चाहती सी, चलो चले गए, तो लड़का परेशान से, जिदा ये एक सीन है लड़ जो निकलते ही है लड़का, क्योंकि दिमाग से होर गल्लां चल रही ने, तो लड़की के पैर से ठेडा लग जाता, वह गिरन लगती है, लड़के को कोई असर नहीं होता, क्योंकि प्यार नहीं सी दिल दे विच, सिर्फ उदो होर चीज़ा से। तो लड़की बड़ी हैरान होंगी है ना, इन्नी मैनू पकड़िया भी नहीं, मैनू ठेडा लग्या कुछ भी नहीं, चलो फिर कंटिन्यू चलते हैं। तो फिर अगे जा के लड़की इदा ही खुश हो जाती है, इधर उधर दिखी जाते, उन्होंने अपनी जिंदगी का नवा सफर दिख रहा है कि मैं हूँ इस झमेलिया चो निकल निकल जाना आ, मैं अगे जाके कुछ करूँगी, शायद साडा विआह हो जाना आ, मैं अपने भरा तो बचूँगी, ये वो मतलब बहुत चीज़ा वो दिमाग चल रही ने चल रही ने चल रही ने। लड़का अजीबो गरीब परेशानी च है, उन्होंने खुद नहीं समझ आ रहा वो करना की चाहता है, उन्होंने लड़की जिम्मेवारी लग रही है। तो लड़का चाहता सीगा कि मैं कुछ जिंदगी अपना करा, है ना, कुछ मतलब निकला इन्हों चीज़ों तो डिफरेंट, लड़के की सोच बिल्कुल डिफरेंट सी। तो लड़का उस लड़की वाल देख रहा है कि इन मैं लैके जाना पैना आ, यदि सामभ संभाल करनी पैनी आ, कुछ ना कुछ उन्होंने। फिर एक दूजे को पूछते हैं, लड़की उन्होंने कहती कि तू की करना है अगे जाके, अपना फ्यूचर प्लैन की है। तो लड़का कहना मैं अपनी एक दुकान खोलनी है, कुछ भी समोसिया की कुछ भी आ, मैं अपना काम करना है, मैं नौकरी नहीं करनी, नौकर नहीं लगना। तो कहती अच्छा है, फिर कहता तू की करेंगी। लड़की कहती मैं की करना, मैं कुछ नहीं करना, मैं पढ़ूंगी तो कढ़ाई वगैरह कर लूँगी। कहता चल चंगा, मतलब लड़की लड़की का उही लड़कियां वाला दिमाग कि बस विआह कराना, परिवार बनाना आ, घर बनाना आ, घूमना फिरना, वह उही सोच सी, तो लड़के की वो सोच नहीं सी। तो लड़का फिर एक सीन आता है कि लड़की बड़ा
मतलब उत्थे खड़ी होंदी और लड़का टिकटा लैन चले जाता, कहिंदा तू उत्थे रुक मैं टिकटा लैके आना आ। तो उत्थे विच ना विच ही मंगन वाले एक बच्चा छोटा जिहा लेडी ने चक्या होया, मंगन वाले आ जाते हैं तो उत्तों पैसे जे मंगती है कुछ इदा उन्हूं कहती है, तो वह बड़ा नैगेटिव जिहा रिसपोंस दिंदी है वह मंगन वाले नूं, तो घिण जी करदी है उन्हूं वो लड़की, तो उन्होंने मतलब अजीब जहा बोल के उन्होंने झाड़ के भेज देती है। लड़के को वो चीज़ गंदी लगती है क्योंकि पहले ही वो परेशान से उन्होंने लैके आया है, क्योंकि भजन वाला और दिल च कुछ नहीं सी, लड़का काफ़ी परेशान सी ते ऑब्जर्व कर रहा लड़की नूं, उहदे दिमाग च सौ चीज़ा चल रही ने। चलो जदों लैन आता वह कित दिल से कि उतों चले जाए भज जाए लड़का लड़की ने छड़ के, पर कितने ना कितने वो चंगियाई सी लड़के चो इस तरह उन्होंने छड़ के नहीं जाना चाहता सी। तो फिर वो टिकटा लेके आता दो ते नाल कुछ लड़की के खाने के लिए, तो लड़की नूं कहिंदा है टिकट है तेरी वो वाली बस है, नंबर दसदा है, तो तू फ्रंट सीट पर जाके बैठ जाना है। तो लड़की कहिंदी तू कहिंदा मैं आऊँगा आना वा मैं बाथरूम जाना है, तो जान लगता फिर वापस आता कहिंदा आ कुछ खाने लिए, तो उही बिस्किट उन्होंने दोबारा दिंदा है लड़की नूं, तो कहिंदा ये तू खा ली रस्ते च, तो लड़की कहिंदा मैं आना आ, तो कहिंदा मैं बाथरूम जाके आना आ। तो लड़का आप बाथरूम चले जाता है, लड़की बस चढ़ जाती है, बस चलनी भी शुरू हो जाती है, पर इत्थे कहानी इदा हो जाती है वो लड़की बस च बैठती है कंफर्टेबल बैठती है, उन्होंने इदा लगता है कि हूँ वो सारा कुछ पिछे छड़ के अगे नवी दुनिया च जाने तैयार आ। तो उसको पता है कि लड़का नहीं चढ़िया, पर उन्होंने कोई फिक्र नहीं उस चीज़ की, कोई परवाह नहीं उसनू, उसनू बस ये सी उस इन्ना झमेलिया चो निकल के कित दूर जा रही है, तो वह जो बड़ी खुशी ना बस में बैठ के फुल उन्हें एक लगाया होंदा उन्हें छेड़ती आ, बैठ के वह बिस्किट खाँदी है वो उत्ते उही नान खटाई खाँदी, उही बादाम लगे होंगे बड़ी मतलब बस इंजॉय करती है कि सब तो उपर वह आ बस के है ना, तो खुश होंगी है उन्हों। उस लड़के के दिमाग च ये भावें वह लड़का मेरे नाल नहीं है, भावें मेरा टब्बर मेरे नाल नहीं है, मैं घर चो निकल गई हाँ मैं कुछ नवा करना है। लड़की अपने डेस्टिनेशन पर पहुँच जाती है, लड़का दूजी बस पकड़ के अपने डेस्टिनेशन पर पहुँच जाता है, दोनों वक्रे वक्रे राह चुन लेंगे ने, तो अपना जिंदगी का कल कल नवा सफर शुरू करते हैं। तो कहानी कुछ इदा दी सी, ये असल कहानी है, दिस इज़ नॉट फेक स्टोरी या कुछ भी इदा का नहीं है, ये असल कहानी है। ये बाद की मतलब ये बाद की भी कोई गल्ला होनगियां अगर मैंने कितने मिली कि बनया कि नहीं बनया, तो ये असल कहानी है। वो लड़की मतलब निकली कुछ तो बनया होगा, लड़का अलग मतलब दोनों के दिशावान अलग से दोनों ने मतलब कहण का भाव है कि जो तुम ते को कुछ ना ना हो बहुत परेशान नहीं हो, अज के टाइम तो साढ़े को बहुत कुछ आ, कल रहने के लिए कला इंसान भी फोन एड्डी वीड्डी चीज़ है साढ़े को, उन्होंने को कुछ नहीं सी, बस वो घरों निकलना चाहते थे। तो कहानी कुछ इदा सी, तो इरा मेन मकसद ये कि ताड़ी खुशी ताड़े अंदरों ही ताड़े तो ही आती है, जो तुम्हें पता तुसी की करना तुम कहीं तो खुशी मिलनी है तो तुम ही बारे कुछ कर सकते हो, कोई दूजा नहीं कर सकता। जिमें लड़की नू सी पता कि मैं बस घरों निकलना है, तो उन्होंने अपनी इच्छावान का सी, खाण पीन का सी, ठीक है अपनी उन्होंने गलों का सगा, तो जिमें उन्होंने एक नान खटाई खाने तो खुशी से उन्होंने घरों निकलन तो खुशी से उन्होंने पता कि मैं की करना, वो खुश से उस निकल के लड़के को छड़ के भी माँ बाप को छड़ के भी खुश से, लड़का की सी जिंदगी कुछ करना चाहता सगा है ना, जो उन्हें गरीबी कट्टी से उस कुछ करना चाहता से तो वो खुश से, पर वो लड़की को लड़की ने क्यों नहीं बजा उन्होंने पता से सारिया जिम्मेवार वो उन्होंने चीज़ों से निकल के आया है, तो वह सारिया चीज़ा छड़ के कुछ करना चाहता है, तो जिंदगी खुश से। तो मतलब कहने का भाव यह है कि जो तुम करना चाहते हो करो, मतलब किसी के बोझ हेठ आ के कि मैं वो जिम्मेवारी चकनी पैनी मैं ये करना पैना उस तरह नहीं, जिन्या तुम जिम्मेवारियाँ भाव जिन्हें चीज़ों तुम नहीं करना चाहते, जबरदस्ती चीज़ा नहीं जिंदगी करनिया चाहते, वो लड़का चाहता कि हाँ मैं घरों कड के लिया या मेरे नाल आई है मैं रहना पैना आ, तो उत जबरदस्ती वाली गल हो जानी सी ना, डिफरेंट चीज़ हो जानी सी, पर उन्होंने पता से कि मैं ये जबरदस्ती की जिम्मेवारी नहीं लैनी, तो वो अपने रस्ते पै गया। तो ज़्यादा गल्ला नहीं करते, आई थिंक थानू कहानी चंगी लगी हो कमेंट करके जरूर दस्या करो प्लीज़, जिदा मैं वट्सअप आ जाते हैं या कि होर, तो इतने यूट्यूब तो ही कमेंट करके दस्या करो कि तुम्हें कहानी किदा दी लगी आ, तो कहानी दसते दसते काफ़ी अंधेरा हो गया, तो आई होप कि तुम्हें गड्डी वधिया लगी होगी, तो कमेंट करके जरूर दस्यो, अगर किसी को अपनी कहानी भी है तो प्लीज़ जरूर दस्यो। ओके बाय, थैंक यू।